ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਤੁਸੀਂ ਸਾਰਿਆਂ ਨੇ ਅਜਿਹੇ ਵਿਆਹ ਤਾਂ ਜ਼ਰੂਰ ਦੇਖੇ ਹੋਣਗੇ ਜਿੱਥੇ ਲੜਕੀ 20 ਸਾਲਾਂ ਦੀ ਹੁੰਦੀ ਹੈ ਤੇ ਵਿਆਹਣ ਆਇਆ ਲੜਾ 80 ਸਾਲਾਂ ਦਾ ਬੁੱਢਾ ਹੁੰਦਾ ਹੈ ਜਾਂ ਫਿਰ ਲੜਕੀ ਦੁਆਰਾ ਲੜਕੀ ਨਾਲ ਹੀ ਵਿਆਹ ਕਰਵਾ ਲਿਆ ਜਾਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਵੀਡੀਓ ਦਿਖਾਉਣ ਜਾ ਰਹੇ ਹਾਂ ਜਿੱਥੇ ਲੜਕੀ ਨੇ ਕਿਸੇ ਇਨਸਾਨ ਨਾਲ ਨਹੀਂ ਸਗੋਂ ਇੱਕ ਕੁੱਤੇ ਨਾਲ ਵਿਆਹ ਕਰਵਾਇਆ ਹੈ। ਇਹ ਵੀਡੀਓ ਲੰਡਨ ਤੋਂ ਸਾਹਮਣੇ ਆਈ ਹੈ ਜਿੱਥੇ ਇਨਸਾਨਾਂ ਤੋਂ ਧੋਖਾ ਮਿਲਣ ਤੋਂ ਬਾਅਦ ਬ੍ਰਿਟੇਨ ਦੀ ਮਾਡਲ ਐਲਜ਼ਾਬੈਥ ਨੇ ਆਪਣੇ ਪਾਲਤੂ ਕੁੱਤੇ ਲੁਗਾਨ ਨਾਲ ਹੀ ਵਿਆਹ ਕਰਵਾ ਲਿਆ। ਐਲਜ਼ਾਬੈਥ ਨੇ ਬ੍ਰਿਟਿਸ਼ ਦੇ ਇੱਕ ਟੀਵੀ ਚੈਨਲ ਤੇ ਲਾਈਵ ਹੋ ਕੇ ਇਹ ਵਿਆਹ ਕੀਤਾ ਹੈ। ਉਸਨੇ ਕਿਹਾ ਕਿ 4 ਮੰਗਣੀਆਂ ਟੁੱਟਣ ਤੋਂ ਬਾਅਦ ਮੇਰਾ ਇਨਸਾਨਾਂ ਤੋਂ ਭਰੋਸਾ ਉੱਠ ਗਿਆ ਹੈ ਜਿਸ ਕਾਰਨ ਮੈਂ ਆਪਣੇ ਕੁੱਤੇ ਲੁਗਾਨ ਨਾਲ ਵਿਆਹ ਕਰਵਾਇਆ ਹੈ। ਉਸਨੇ ਕਿਹਾ ਕਿ ਲੁਗਾਨ ਤੇ ਮੈਂ ਉਸ ਸਮੇਂ ਇੱਕ ਦੂਜੇ ਨੂੰ ਮਿਲੇ ਜਦੋਂ ਸਾਨੂੰ ਦੋਵਾਂ ਨੂੰ ਇੱਕ ਦੂਜੇ ਦੀ ਲੋੜ ਸੀ। ਲਾਈਵ ਸ਼ੋਅ ਦੌਰਾਨ ਦੋਵਾਂ ਨੇ ਧੂਮਧਾਮ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ। ਪਹਿਲਾਂ ਐਲਜ਼ਾਬੈਥ ਤੇ ਲੁਗਾਨ ਨੇ ਇੱਕ ਦੂਜੇ ਨੂੰ ਅੰਗੂਠੀ ਪਹਿਨਾਈ ਅਤੇ ਫਿਰ ਵਿਆਹ ਦੀਆਂ ਦੂਜੀਆਂ ਰਸਮਾਂ ਪੂਰੀਆਂ ਕੀਤੀਆਂ। ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਬਿਊਰੋ ਰਿਪੋਰਟ ਸਾਂਝ ਟੀਵੀ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।